ਫਗਵਾੜਾ ਦੇ ਵਿੱਚ ਬੇਅਦਬੀ ਦੇ ਸ਼ੱਕ ਦੇ ਵਿੱਚ ਮਾਰੇ ਗਏ ਨੌਜਵਾਨ ਦੀ ਪਛਾਣ ਹੋ ਚੁੱਕੀ ਹੈ। ਦੱਸਦੇ ਕਿ ਵਿਸ਼ਾਲ ਕਪੂਰ ਇਸ ਨੌਜਵਾਨ ਦਾ ਨਾਮ ਸੀ ਜਿਸ ਨੂੰ ਨਿਹੰਗ ਮੰਗੂ ਮੱਠ ਨੇ ਗੁਰੂ ਘਰ ਦੇ ਵਿੱਚ ਕਤਲ ਕੀਤਾ। ਦੱਸਦੇ ਕਿ ਇਹ ਮਾਨਸਿਕ ਤੌਰ 'ਤੇ ਸਹੀ ਨਹੀਂ ਸੀ। ਦਿੱਲੀ ਦੇ ਪੱਛਮਪੁਰੀ ਦੇ ਵਿੱਚ ਵਿਸ਼ਾਲ ਦਾ ਜਨਮ ਹੋਇਆ ਸੀ। ਸ਼ੁਰੂਆਤ ਦੇ 8 ਤੋਂ 10 ਸਾਲ ਫਗਵਾੜਾ ਦੇ ਵਿੱਚ ਰਿਹਾ। ਬਾਅਦ ਵਿੱਚ ਕੁਝ ਸਮਾਂ ਆਪਣੀ ਦਾਦੀ ਦੇ ਕੋਲ ਦਿੱਲੀ ਚਲਾ ਗਿਆ। ਦਾਦੀ ਦੀ ਮੌਤ ਤੋਂ ਬਾਅਦ ਦਿੱਲੀ ਦੀਆਂ ਸੜਕਾਂ 'ਤੇ ਘੁੰਮਦਾ ਰਿਹਾ ਸੀ। ਸਮਾਜ ਸੇਵੀ ਸੰਸਥਾ ਨੇ ਇਸ ਨੂੰ ਸੋਨੀਪਤ ਦੇ ਅਨਾਥ ਆਸ਼ਰਮ ਦੇ ਵਿੱਚ ਭਰਤੀ ਕਰਵਾਇਆ। ਦੱਸਿਆ ਜਾ ਰਿਹਾ ਕਿ ਕੁਝ ਸਮਾਂ ਪਹਿਲਾਂ ਇਹ ਵਿਸ਼ਾਲ ਨਾਂ ਦਾ ਨੌਜਵਾਨ ਅਨਾਥ ਆਸ਼ਰਮ ਤੋਂ ਵੀ ਫਰਾਰ ਹੋ ਚੁੱਕਿਆ ਸੀ, ਗਾਇਬ ਹੋ ਚੁੱਕਿਆ ਸੀ। ਆਖਿਰਕਾਰ ਕਿਹੜੇ ਹਾਲਾਤਾਂ ਦੇ ਵਿੱਚ ਗੁਰੂ ਘਰ ਦਾਖਲ ਹੋਇਆ ਔਰ ਕਿਵੇਂ ਮੰਗੂ ਮੱਠ ਦੇ ਵੱਲੋਂ ਇਸ ਦਾ ਸੋਧਾ ਲਗਾਇਆ ਗਿਆ, ਇਸ ਦੀ ਜਾਂਚ ਲਈ ਪੁਲਿਸ ਦੇ ਵੱਲੋਂ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ, ਤਾਂ ਇਹ ਨੌਜਵਾਨ ਉਹੀ ਹੈ ਜੋ ਗੁਰੂ ਘਰ ਦੇ ਵਿੱਚ ਦਾਖਲ ਹੋਇਆ। ਬੇਅਦਬੀ ਦੇ ਸ਼ੱਕ ਦੇ ਆਧਾਰ 'ਤੇ ਨਿਹੰਗ ਮੰਗੂ ਮੱਠ ਨੇ ਇਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਤਾਂ ਹੁਣ ਇਸ ਨੌਜਵਾਨ ਦੀ ਪਛਾਣ ਹੋ ਚੁੱਕੀ ਹੈ। ਵਿਸ਼ਾਲ ਕਪੂਰ ਨਾਮ ਦਾ ਇਹ ਨੌਜਵਾਨ ਹੈ ਜੋ ਦਿੱਲੀ ਦੇ ਪੱਛਮਪੁਰੀ ਦੇ ਵਿੱਚ ਇਸ ਦਾ ਜਨਮ ਹੋਇਆ ਸੀ। ਫਗਵਾੜਾ ਦੇ ਵਿੱਚ 8 ਤੋਂ 10 ਸਾਲ ਰਿਹਾ, ਫਿਰ ਆਪਣੀ ਦਾਦੀ ਦੇ ਕੋਲ ਦਿੱਲੀ ਚਲਾ ਗਿਆ। ਦਾਦੀ ਦੀ ਮੌਤ ਤੋਂ ਬਾਅਦ ਦਿੱਲੀ ਦੀਆਂ ਸੜਕਾਂ 'ਤੇ ਘੁੰਮਦਾ ਰਿਹਾ। ਸਮਾਜ ਸੇਵੀ ਸੰਸਥਾ ਨੇ ਇਸ ਨੂੰ ਸੋਨੀਪਤ ਦੇ ਅਨਾਥ ਆਸ਼ਰਮ ਦੇ ਵਿੱਚ ਭਰਤੀ ਕਰਵਾਇਆ ਸੀ। ਕੁਝ ਸਮਾਂ ਪਹਿਲਾਂ ਇਹ ਉੱਥੋਂ ਵੀ ਗਾਇਬ ਹੋ ਚੁੱਕਿਆ ਸੀ। ਆਖਿਰਕਾਰ ਕਿਉਂ ਗੁਰੂ ਘਰ ਦੇ ਵਿੱਚ ਦਾਖਲ ਹੋਇਆ ਔਰ ਕਿਸ ਦੇ ਵੱਲੋਂ ਇਸ ਨੂੰ ਭੇਜਿਆ ਗਿਆ ਸੀ, ਇਸ ਲਈ ਜਾਂਚ ਕਮੇਟੀਆਂ ਆਪਣੇ ਪੱਧਰ 'ਤੇ ਜਾਂਚ ਦੇ ਵਿੱਚ ਰੁੱਝੀਆਂ ਹੋਈਆਂ ਨੇ। ਸੋ ਮੰਗੂ ਮੱਠ ਦੇ ਵੱਲੋਂ ਵੀਡੀਓ ਵਾਇਰਲ ਕੀਤੀ ਗਈ ਸੀ ਕਤਲ ਤੋਂ ਪਹਿਲਾਂ ਅਤੇ ਕਤਲ ਤੋਂ ਬਾਅਦ। ਸੋ ਮੰਗੂ ਮੱਠ ਦੇ ਵੱਲੋਂ ਜਦੋਂ ਗ੍ਰਿਫਤਾਰੀ ਦਿੱਤੀ ਗਈ ਤਾਂ ਜਕਾਰੇ ਗੂੰਜੇ, ਤਾਂ ਉਸਦੇ ਵੱਲੋਂ ਹੀ ਇਸ ਨੌਜਵਾਨ ਦਾ ਸੌਦਾ ਲਗਾਇਆ ਗਿਆ ਸੀ। ਤਾਂ ਹੁਣ ਇਸ ਨੌਜਵਾਨ ਦੀ ਪਛਾਣ ਵਿਸ਼ਾਲ ਕਪੂਰ ਵਜੋਂ ਹੋਈ ਹੈ। ਫਗਵਾੜਾ ਦੇ ਵਿੱਚ ਬੇਅਦਬੀ ਦੇ ਸ਼ੱਕ ਦੇ ਵਿੱਚ ਮਾਰੇ ਗਏ ਨੌਜਵਾਨ ਦੀ ਪਛਾਣ ਹੋ ਚੁੱਕੀ ਹੈ। ਦੱਸਦੇ ਕਿ ਵਿਸ਼ਾਲ ਕਪੂਰ ਇਸ ਨੌਜਵਾਨ ਦਾ ਨਾਮ ਸੀ ਜਿਸ ਨੂੰ ਨਿਹੰਗ ਮੰਗੂ ਮੱਠ ਨੇ ਗੁਰੂ ਘਰ ਦੇ ਵਿੱਚ ਕਤਲ ਕੀਤਾ। ਦੱਸਦੇ ਕਿ ਇਹ ਮਾਨਸਿਕ ਤੌਰ 'ਤੇ ਸਹੀ ਨਹੀਂ ਸੀ। ਦਿੱਲੀ ਦੇ ਪੱਛਮਪੁਰੀ ਦੇ ਵਿੱਚ ਵਿਸ਼ਾਲ ਦਾ ਜਨਮ ਹੋਇਆ ਸੀ। ਸ਼ੁਰੂਆਤ ਦੇ 8 ਤੋਂ 10 ਸਾਲ ਫਗਵਾੜਾ ਦੇ ਵਿੱਚ ਰਿਹਾ। ਬਾਅਦ ਵਿੱਚ ਕੁਝ ਸਮਾਂ ਆਪਣੀ ਦਾਦੀ ਦੇ ਕੋਲ ਦਿੱਲੀ ਚਲਾ ਗਿਆ। ਦਾਦੀ ਦੀ ਮੌਤ ਤੋਂ ਬਾਅਦ ਦਿੱਲੀ ਦੀਆਂ ਸੜਕਾਂ 'ਤੇ ਘੁੰਮਦਾ ਰਿਹਾ ਸੀ। ਸਮਾਜ ਸੇਵੀ ਸੰਸਥਾ ਨੇ ਇਸ ਨੂੰ ਸੋਨੀਪਤ ਦੇ ਅਨਾਥ ਆਸ਼ਰਮ ਦੇ ਵਿੱਚ ਭਰਤੀ ਕਰਵਾਇਆ। ਦੱਸਿਆ ਜਾ ਰਿਹਾ ਕਿ ਕੁਝ ਸਮਾਂ ਪਹਿਲਾਂ ਇਹ ਵਿਸ਼ਾਲ ਨਾਂ ਦਾ ਨੌਜਵਾਨ ਅਨਾਥ ਆਸ਼ਰਮ ਤੋਂ ਵੀ ਫਰਾਰ ਹੋ ਚੁੱਕਿਆ ਸੀ, ਗਾਇਬ ਹੋ ਚੁੱਕਿਆ ਸੀ। ਆਖਿਰਕਾਰ ਕਿਹੜੇ ਹਾਲਾਤਾਂ ਦੇ ਵਿੱਚ ਗੁਰੂ ਘਰ ਦਾਖਲ ਹੋਇਆ ਔਰ ਕਿਵੇਂ ਮੰਗੂ ਮੱਠ ਦੇ ਵੱਲੋਂ ਇਸ ਦਾ ਸੋਧਾ ਲਗਾਇਆ ਗਿਆ, ਇਸ ਦੀ ਜਾਂਚ ਲਈ ਪੁਲਿਸ ਦੇ ਵੱਲੋਂ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ, ਤਾਂ ਇਹ ਨੌਜਵਾਨ ਉਹੀ ਹੈ ਜੋ ਗੁਰੂ ਘਰ ਦੇ ਵਿੱਚ ਦਾਖਲ ਹੋਇਆ। ਬੇਅਦਬੀ ਦੇ ਸ਼ੱਕ ਦੇ ਆਧਾਰ 'ਤੇ ਨਿਹੰਗ ਮੰਗੂ ਮੱਠ ਨੇ ਇਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਤਾਂ ਹੁਣ ਇਸ ਨੌਜਵਾਨ ਦੀ ਪਛਾਣ ਹੋ ਚੁੱਕੀ ਹੈ। ਵਿਸ਼ਾਲ ਕਪੂਰ ਨਾਮ ਦਾ ਇਹ ਨੌਜਵਾਨ ਹੈ ਜੋ ਦਿੱਲੀ ਦੇ ਪੱਛਮਪੁਰੀ ਦੇ ਵਿੱਚ ਇਸ ਦਾ ਜਨਮ ਹੋਇਆ ਸੀ। ਫਗਵਾੜਾ ਦੇ ਵਿੱਚ 8 ਤੋਂ 10 ਸਾਲ ਰਿਹਾ, ਫਿਰ ਆਪਣੀ ਦਾਦੀ ਦੇ ਕੋਲ ਦਿੱਲੀ ਚਲਾ ਗਿਆ। ਦਾਦੀ ਦੀ ਮੌਤ ਤੋਂ ਬਾਅਦ ਦਿੱਲੀ ਦੀਆਂ ਸੜਕਾਂ 'ਤੇ ਘੁੰਮਦਾ ਰਿਹਾ। ਸਮਾਜ ਸੇਵੀ ਸੰਸਥਾ ਨੇ ਇਸ ਨੂੰ ਸੋਨੀਪਤ ਦੇ ਅਨਾਥ ਆਸ਼ਰਮ ਦੇ ਵਿੱਚ ਭਰਤੀ ਕਰਵਾਇਆ ਸੀ। ਕੁਝ ਸਮਾਂ ਪਹਿਲਾਂ ਇਹ ਉੱਥੋਂ ਵੀ ਗਾਇਬ ਹੋ ਚੁੱਕਿਆ ਸੀ। ਆਖਿਰਕਾਰ ਕਿਉਂ ਗੁਰੂ ਘਰ ਦੇ ਵਿੱਚ ਦਾਖਲ ਹੋਇਆ ਔਰ ਕਿਸ ਦੇ ਵੱਲੋਂ ਇਸ ਨੂੰ ਭੇਜਿਆ ਗਿਆ ਸੀ, ਇਸ ਲਈ ਜਾਂਚ ਕਮੇਟੀਆਂ ਆਪਣੇ ਪੱਧਰ 'ਤੇ ਜਾਂਚ ਦੇ ਵਿੱਚ ਰੁੱਝੀਆਂ ਹੋਈਆਂ ਨੇ। ਸੋ ਮੰਗੂ ਮੱਠ ਦੇ ਵੱਲੋਂ ਵੀਡੀਓ ਵਾਇਰਲ ਕੀਤੀ ਗਈ ਸੀ ਕਤਲ ਤੋਂ ਪਹਿਲਾਂ ਅਤੇ ਕਤਲ ਤੋਂ ਬਾਅਦ।
ਸੋ ਮੰਗੂ ਮੱਠ ਦੇ ਵੱਲੋਂ ਜਦੋਂ ਗ੍ਰਿਫਤਾਰੀ ਦਿੱਤੀ ਗਈ ਤਾਂ ਜਕਾਰੇ ਗੂੰਜੇ, ਤਾਂ ਉਸਦੇ ਵੱਲੋਂ ਹੀ ਇਸ ਨੌਜਵਾਨ ਦਾ ਸੌਦਾ ਲਗਾਇਆ ਗਿਆ ਸੀ। ਤਾਂ ਹੁਣ ਇਸ ਨੌਜਵਾਨ ਦੀ ਪਛਾਣ ਵਿਸ਼ਾਲ ਕਪੂਰ ਵਜੋਂ ਹੋਈ ਹੈ।